ਤੁਸੀਂ ਵੇਖ ਰਹੇ ਹੋ ਏਬੀਪੀ ਸਾਂਝਾ ਜੋਸ਼ ਜਜ਼ਬਾ ਜਨੂਨ। ਪੰਜਾਬੀ ਇੰਡਸਟਰੀ ਦੇ ਸਤਾਰੇ ਕਪਿਲ ਦੇ ਵਿਆਹ ਦੇ ਪੁੱਜ ਰਹੇ ਨੇ, ਜਪਜੀ ਖਹਿਰਾ ਜੀ ਵੀ ਪੁੱਜੇ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕਿਵੇਂ ਦਾ ਲੱਗ ਰਿਹਾ ਜੀ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ, ਅਜੇ ਤਾਂ ਅਸੀਂ ਵੇਟ ਕਰ ਰਹੇ ਹਾਂ ਐਕਚੁਅਲੀ। ਤੋ ਜਿਹੜੀ ਪਹਿਲਾਂ ਐਕਸਾਈਟਮੈਂਟ ਹੁੰਦੀ ਆ, ਆਈ ਐਮ ਵੈਰੀ ਐਕਸਾਈਟਡ ਟੂ ਸੀ ਦ ਕਪਲ ਐਂਡ ਆਈ ਵਿਸ਼ ਦੈਮ ਆਲ ਦ ਵੈਰੀ ਬੈਸਟ ਐਂਡ ਲੌਂਗ ਲਾਈਫ, ਹੈਪੀ ਲਾਈਫ। ਕਪਿਲ ਦੇ ਨਾਲ ਗੱਲ ਹੋਈ ਸੀ ਤੁਹਾਡੀ ਕੋਈ? ਹਾਂਜੀ, ਪ੍ਰਮੋਸ਼ਨ ਦੇ ਦੌਰਾਨ ਹੁੰਦੀ ਰਹਿੰਦੀ ਸੀ, ਪਰ ਉਦੋਂ ਸਾਨੂੰ ਇਹ ਸੀਗਾ ਕਿ ਵਿਆਹ ਦੀ ਇੰਨਾ ਉਹ ਡਿਸਕਸ ਨਹੀਂ ਕਰਨਾ, ਇਟਸ ਅਬਾਊਟ ਸਨ ਆਫ ਮਨਜੀਤ ਸਿੰਘ। ਤੋ ਉਸ ਟਾਈਮ ਤੇ ਤਿਆਰੀਆਂ ਵਗੈਰਾ ਚੱਲ ਰਹੀਆਂ ਸੀ। ਮਨਜੀਤ ਸਿੰਘ ਦੀ ਜਦੋਂ ਸ਼ੂਟਿੰਗ ਚੱਲਦੀ ਸੀ, ਵਿਆਹ ਦੇ ਬਾਰੇ ਕਪਿਲ ਜੀ ਜ਼ਿਕਰ ਕਰਦੇ ਸੀ? ਸ਼ੂਟਿੰਗ ਵੇਲੇ ਨਹੀਂ, ਪਰ ਪ੍ਰਮੋਸ਼ਨ ਵੇਲੇ। ਯੈਸ, ਹਾਂ, ਆਪਸ ਚ। ਕਿੰਨੀ ਕੁ ਉਤਸੁਕਤਾ ਇੱਥੇ ਆਉਂਦੀ, ਕਿੰਨੀ ਕੁ ਖੁਸ਼ੀ ਸੀਗੀ? I'm very happy to be here, like you know, I mean eddi vaddi gall a vyah is not a choti moti gall, it's a big thing and Ginni aur Kapil ji ne decide kita vyah, so I'm very happy for them and wish them all the best. Badi Kapil nal gall hoyi si ki vyah to pehla ਤੁਸੀਂ ਸੇਮ ਵਿਆਹ ਤੋਂ ਬਾਅਦ? ਨਹੀਂ, ਹੁਣ ਹੋਏਗੀ, ਹੁਣ ਮਿਲ ਰਹੀ ਆ ਮੈਂ। ਥੈਂਕ ਯੂ। ਇਹ ਸਨ ਜਪਜੀ ਖਹਿਰਾ ਜੀ। ਇਹਨਾਂ ਨੇ ਸਾਰੋਂ ਮਨਜੀਤ ਸਿੰਘ ਨਾਮ ਦੀ ਫਿਲਮ ਜੋ ਕੀਤੀ ਸੀ, ਉਸ ਦੇ ਵਿੱਚ ਕਪਿਲ ਦੇ ਨਾਲ ਇਹਨਾਂ ਨੇ ਕਾਫੀ ਪ੍ਰਮੋਸ਼ਨ ਦੇ ਸਮਾਂ ਇਕੱਠਾ ਬਚਾਇਆ, ਤੇ ਨਾਲ ਇਹਨਾਂ ਦਾ ਕਹਿਣਾ ਕਿ ਜੋ ਪ੍ਰਮੋਸ਼ਨ ਹੁੰਦੀ ਸੀ ਉਦੋਂ ਅਸੀਂ ਖੂਬ ਵਿਆਹ ਦੀਆਂ ਗੱਲਾਂ ਕਰਦੇ ਸਨ, ਉਸ ਤੋਂ ਪਹਿਲਾਂ ਸਾਡੀ ਗੱਲ ਨਹੀਂ ਸੀ ਹੋਈ। ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ, ABP ਸਾਂਝਾ, ਅੰਮ੍ਰਿਤਸਰ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼ ਜਜ਼ਬਾ ਜਨੂਨ।